के हमारे दोनों ने बाबा जी ने मेरे घर हो रहे चाकू मारे मेरे ਤਾਂ ਉਹ ਆਵਾ ਤਾਵਾ ਬੋਲਣ ਲੱਗ ਗਿਆ, ਗਾਲਾਂ ਗੋਲਾਂ ਕੱਢਣ ਲੱਗ ਗਏ, ਤਾਂ ਉਹਨਾਂ ਨੇ ਮੇਰੀ ਘਰਵਾਲੀ ਨੂੰ ਫੜ ਕੇ ਕੁੱਟਿਆ। ਮੇਰੀ ਘਰਵਾਲੀ ਦੇ ਪੇਟ 'ਚ 2 ਚਾਕੂ ਮਾਰੇ। ਜਦ ਮੈਂ ਛੜਾਉਣ ਲੱਗਾ ਤਾਂ ਉਹਨਾਂ ਨੇ ਮੇਰੇ ਵੀ ਪਿੱਛੇ ਚਾਕੂ ਮਾਰਿਆ। ਇੱਕ ਚਾਕੂ ਇੱਥੇ ਲੱਗਿਆ ਪਿੱਛੇ, ਔਰ ਮੇਰੇ ਹੱਥ 'ਤੇ ਵੀ ਚਾਕੂ ਲੱਗਿਆ ਜੀ, ਮਾੜਾ ਜਿਹਾ ਛੜ ਛੜ ਛੜਾਉਣ ਦੇ ਵਿੱਚ। ਸਿਰਫ ਇੱਕ ਗੇਟ ਪਿੱਛੇ ਲੜਾਈ ਹੋਈ ਹੈ ਜੀ, ਗੇਟ ਖੁੱਲ੍ਹਾ ਸੀਗਾ। ਮੇਰੇ ਔਰ ਮੇਰੀ ਘਰਵਾਲੀ ਦੇ ਚਾਕੂ ਬੜੀ ਬੇਰਾਮੀ ਨਾਲ ਮਾਰੇ ਆ। ਅਜੇ ਤੱਕ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਪਈ, ਇੰਨੇ ਦਿਨ ਹੋ ਗਏ ਆ। ਥਾਣਾ ਟਿੱਬਾ ਦੇ ਅਧੀਨ ਆਉਂਦੇ ਨਿਊ ਸ਼ਕਤੀ ਨਗਰ ਦੇ ਵਿੱਚ ਇੱਕ ਵਿਅਕਤੀ ਨੇ ਮਹਿਲਾ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਜਦ ਪਤੀ ਵਿੱਚ ਵਿਚਾਰ ਕਰਨ ਆਇਆ ਤਾਂ ਉਸਨੂੰ ਵੀ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਰਾਤ 8 ਵਜੇ 1 ਜੂਨ ਦੱਸੀ ਜਾ ਰਹੀ ਹੈ। ਮਾਮਲਾ ਬੱਚਿਆਂ ਦੇ ਵੱਲੋਂ ਘਰ ਦਾ ਦਰਵਾਜ਼ਾ ਖੋਲ੍ਹੇ ਜਾਣਾ ਦੱਸਿਆ ਜਾ ਰਿਹਾ ਹੈ। ਘਰ ਦੇ ਦਰਵਾਜ਼ੇ ਨੂੰ ਬੰਦ ਕਰਨ ਨੂੰ ਲੈ ਕੇ ਕਿਰਾਏਦਾਰਾਂ ਦੇ ਵਿੱਚ ਆਪਸੀ ਬਹਿਸ ਹੋ ਗਈ ਅਤੇ ਵਿਵਾਦ ਹੋ ਗਿਆ। ਪੀੜਿਤ ਹਰਿਕ੍ਰਿਸ਼ਨ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਉਹ ਕੰਮ ਤੋਂ ਵਾਪਸ ਆ ਕੇ ਆਪਣਾ ਟੀਵੀ ਦੇਖ ਰਿਹਾ ਸੀ ਅਤੇ ਉਸਦੀ ਪਤਨੀ ਦੂਸਰੇ ਕਮਰੇ ਦੇ ਵਿੱਚ ਖਾਣਾ ਬਣਾ ਰਹੀ ਸੀ। ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਦੇ ਕਾਰਨ ਉਸ ਘਰ ਦੇ ਵਿੱਚ ਕਿਰਾਏ ਤੇ ਰਹਿ ਰਹੇ ਵਿਕਰਮ ਨਾਮਕ ਵਿਅਕਤੀ ਨੇ ਉਸਦੀ ਪਤਨੀ ਅਤੇ ਬੇਟੀ ਦੇ ਵੱਲੋਂ ਉਸਦੀ ਪਤਨੀ ਦੇ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਜਦ ਉਸਦੀ ਪਤਨੀ ਨੇ ਆਰੋਪੀ ਪਰਿਵਾਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਗਾਲੀ ਗਲੋਚ ਕਿਉਂ ਕਰ ਰਹੇ ਹੋ, ਤਾਂ ਗੁੱਸਾਏ ਆਰੋਪੀ ਦੀ ਪਤਨੀ ਅਤੇ ਬੇਟੀ ਨੇ ਉਸਦੀ ਪਤਨੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ। ਜਦੋਂ ਆਰੋਪੀ ਵਿਕਰਮ ਆਪਣੇ ਕਮਰੇ 'ਚੋਂ ਬਾਹਰ ਆਇਆ ਤਾਂ ਉਸਨੇ ਇੱਕੋ ਦਮ ਉਸਦੀ ਪਤਨੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਉਸਦੀ ਪਤਨੀ ਨੂੰ ਜ਼ਖਮੀ ਕਰਨ ਤੋਂ ਬਾਅਦ ਜਦੋਂ ਉਸਦੇ ਵੱਲੋਂ ਸ਼ੋਰ ਮਚਾਇਆ ਗਿਆ ਤਾਂ ਉਸਨੂੰ ਵੀ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਉਸਦੀ ਪਤਨੀ ਦਾ CMC ਦੇ ਵਿੱਚ ਇਲਾਜ ਚੱਲ ਰਿਹਾ ਅਤੇ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਸਨੇ ਖੁਦ ਹਸਪਤਾਲ ਤੋਂ ਛੁੱਟੀ ਲੈ ਲਈ। ਉਹਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਟਿੱਬਾ ਦੇ ASI ਕੁਲਵਿੰਦਰ ਸਿੰਘ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੀੜਿਤ ਮਹਿਲਾ ਦੇ 3 ਵਾਰ ਬਿਆਨ ਲਿੱਤੇ ਗਏ ਪਰ ਫਿਰ ਵੀ ਉਹਨਾਂ ਨੇ 5 ਦਿਨ ਬਾਅਦ ਵੀ ਆਰੋਪੀ ਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ। ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ। ਮਲਮੂਤਰਾ ਦੀ ਨਾਲੀ ਆ ਉਹ ਵੀ ਕਿਹਾ ਗਿਆ ਡੈਮੇਜ ਹੋ ਚੁੱਕੀ ਆ ਡਾਕਟਰਾਂ ਵੱਲੋਂ, ਤੇ ਕੀ ਸਰ ਉੱਤੇ ਕੀ ਨਾ ਅਟੈਂਪਟ ਟੂ ਮਰਡਰ ਦਾ ਕੇਸ ਨਹੀਂ ਸੀ ਬਣਦਾ ਸਾਡੇ ਕੋਲ? ਹੋਇਆ ਤੱਕ ਉਹਨਾਂ ਦੀ ਕੋਈ ਅਗਲੀ ਆਈ ਨਹੀਂ, ਜਿਹੜੀ ਸਾਡੇ ਜੋ ਹੁਣ ਤੱਕ ਆਇਆ ਸੀਗਾ ਉਸ ਹਿਸਾਬ ਦਾ ਪਰਚਾ 326 ਬਣਦੇ ਸੀ, ਉਹਦਾ ਪਰਚਾ ਦੇਖਦਾ ਸੀ, ਜੇ ਕੋਈ ਹੋਇਆ ਤਾਂ ਵੱਧ ਜ਼ਰੂਰ ਹੋ ਜਾਏਗਾ। ਓਕੇ ਬਾਦ, ਅਤੇ ਕੀ ਸਰ ਜਿਹੜੀ ਜਿਹੜਾ ਪਰਚਾ ਦਰਜ ਕੀਤਾ ਕੋਈ ਅਰੈਸਟ ਵੀ ਪਾਈ ਗਈ ਜਾਂ ਨਹੀਂ? ਹਜੇ ਤੱਕ ਨਹੀਂ। ਮੈਂ ਇੱਧਰ TV ਦੇਖਦਾ ਪਿਆ ਸੀਗਾ, ਉੱਧਰ ਵਿਕਰਮ ਦੀ ਘਰਵਾਲੀ ਤਾਂ ਵਿਕਰਮ ਦੀ ਕੁੜੀ ਉਹ ਬੱਚਿਆਂ ਨੂੰ ਬੋਲਦੇ ਸੀਗੇ ਵੀ ਤੁਸੀਂ ਗੇਟ ਕਿਉਂ ਨਹੀਂ ਲਗਾਇਆ ਵਾ, ਗੇਟ ਪਿੱਛੇ ਲੜਾਈ ਹੋ ਰਹੀ ਸੀਗੀ। ਤਾਂ ਮੈਂ ਘਰਵਾਲੀ ਨੇ ਮੇਰੀ ਬੋਲੇ ਵੀ ਕੋਈ ਨਹੀਂ ਅਸੀਂ ਗੇਟ ਲਗਾ ਦਾਂਗੇ, ਤਾਂ ਉਹ ਆਵਾ ਤਾਵਾ ਬੋਲਣ ਲੱਗ ਗਿਆ, ਗਾਲਾਂ ਗੋਲਾਂ ਕੱਢਣ ਲੱਗ ਗਏ, ਤਾਂ ਉਹਨਾਂ ਨੇ ਮੇਰੀ ਘਰਵਾਲੀ ਨੂੰ ਫੜ ਕੇ ਕੁੱਟਿਆ, ਮਾਵਾਂ ਧੀਆਂ ਨੇ ਅਤੇ ਬਾਹਾਂ ਫੜ ਲਈਆਂ। ਤਾਂ ਵਿਕਰਮ ਨੇ ਮੇਰੀ ਘਰਵਾਲੀ ਦੇ ਪੇਟ 'ਚ 2 ਚਾਕੂ ਮਾਰੇ। ਜਦ ਉਹ ਚਿੱਕੀ ਚਲਾਈ ਤਾਂ ਮੈਂ ਇੱਥੇ TV ਦੇਖ ਰਿਹਾ ਸੀਗਾ, ਤਾਂ ਮੈਂ ਬੜਾ ਫਟਾਫਟ ਬਾਹਰ ਭੱਜਿਆ। ਤਾਂ ਮੈਂ ਜਦ ਦੇਖਿਆ ਛੜਾਇਆ ਉਹਨਾਂ ਨੂੰ ਜਾ ਕੇ, ਜਦ ਮੈਂ ਛੜਾਉਣ ਲੱਗਾ ਤਾਂ ਉਹਨਾਂ ਨੇ ਮੇਰੇ ਵੀ ਪਿੱਛੇ ਚਾਕੂ ਮਾਰਿਆ। ਇੱਕ ਚਾਕੂ ਇੱਥੇ ਲੱਗਿਆ ਪਿੱਛੇ, ਔਰ ਮੇਰੇ ਹੱਥ 'ਤੇ ਵੀ ਚਾਕੂ ਲੱਗਿਆ ਜੀ, ਮਾੜਾ ਜਿਹਾ ਛੜ ਛੜ ਛੜਾ ਦਿੰਦੇ ਵਿੱਚ। ਅਸੀਂ ਫਟਾਫਟ ਬੱਚੇ ਲੈ ਕੇ, ਮੈਂ ਜਦ ਖੂਨ ਨਿਕਲਣ ਲੱਗਿਆ ਤਾਂ ਮੈਂ ਬਾਹਰ ਗਿਆ, ਬਾਹਰ ਜਾ ਕੇ ਮੈਂ ਬੇਹੋਸ਼ ਹੋ ਗਿਆ। ਤੁਹਾਡੀ ਲੜਾਈ ਕਿਉਂ ਹੋਈ ਸੀ? ਸਿਰਫ਼ ਇੱਕ ਗੇਟ ਪਿੱਛੇ ਲੜਾਈ ਹੋਈ ਹੈ ਜੀ, ਗੇਟ ਖੁੱਲ੍ਹਾ ਸੀਗਾ, ਕੋਈ ਜ਼ਿਆਦਾ ਟਾਈਮ ਨਹੀਂ ਸੀ, 8:30 ਵਜੇ ਦਾ ਟਾਈਮ ਸੀਗਾ, ਕੋਈ ਖਾਸ ਟਾਈਮ ਨਹੀਂ ਸੀ ਕਿਉਂਕਿ ਸਾਰੇ ਜਾਗਦੇ ਸੀਗੇ, ਅਜੇ ਸਾਰਿਆਂ ਨੇ ਰੋਟੀ ਪਾਣੀ ਖਾਣੀ ਸੀਗੀ। ਮੈਂ ਉਸੇ ਟਾਈਮ ਡਿਊਟੀ ਤੋਂ ਆਇਆ ਸੀਗਾ ਅਤੇ ਉਹਨਾਂ ਨੇ ਮੇਰੇ ਔਰ ਮੇਰੀ ਘਰਵਾਲੀ ਦੇ ਚਾਕੂ ਬੜੀ ਬੇਰਾਮੀ ਨਾਲ ਮਾਰੇ ਆ। ਅਜੇ ਤੱਕ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਪਈ, ਇੰਨੇ ਦਿਨ ਹੋ ਗਏ ਆ, ਨਾ ਉਹ ਬੰਦੇ ਫੜੇ ਗਏ ਆ, ਨਾ ਉਹਨਾਂ ਨੂੰ ਕੁਛ ਕਰ ਰਹੇ ਆ, ਨਾ ਕੋਈ ਉਹਨਾਂ ਦੀ ਕਾਰਵਾਈ ਸਾਡੇ ਦੇ
ना इधर आ रहे हैं ना उन्होंने कोई कार्रवाई की है। मेरी यही मंग आ भी इन्हों जल्द से जल्द इन के उत्ते कार्रवाई होनी चाहिए है। तीन जनिया के उत्ते विक्रम विक्रम की घरवाली तो विक्रम की कुड़ी इन्होंने तिना ने रल के साढ़े उत्ते बहुत अत्याचार किए हैं। मेरी घरवाली दी अंदरों मलमूत्र वाली नसा सारिया डैमेज हो गई वा सी एम सी होस्पिटल के बेच है 4 लाख रुपए के करीब लग चुका वा हजे तक साढ़े कोई कुछ नहीं होया। मैं किराए पर रहना गरीब आदमी हाँ भी इन्हों के उत्ते जल्दी तो जल्दी कार्रवाई करने की कोशिश कर मैं प्रशासन के अगे हाथ जोड़ के यही बेनती करदा वा मैनू इंसाफ मिलना चाहिए बस। लुधियाना लाइव दे लई हरविंदर ढिल्लों की रिपोर्ट।